ਗੱਲ ਅੱਜ ਦੀ ਦੋਸਤੋ, ਅੱਜ ਦੀ ਗੱਲ ਜੇਸਨ ਵਿਟਲੌਕ ਦੀ ਇੱਕ ਸਟੇਟਮੈਂਟ ਬਾਰੇ ਹੈ, ਜਿਸ ਸਟੇਟਮੈਂਟ ਵਿੱਚ ਜੇਸਨ ਵਿਟਲੌਕ ਨੇ BLM ਬਾਰੇ ਬੋਲਦਿਆਂ ਕਿਹਾ ਕਿ ਇਹ KKK ਤੋਂ ਵੱਖਰੀ ਨਹੀਂ ਹੈ। ਜੇਸਨ ਵਿਟਲੌਕ ਦੇ ਇਸ ਬਿਆਨ ਨੇ ਕਾਫੀ ਚਰਚਾ ਛੇੜ ਦਿੱਤੀ ਹੈ। ਇਸ ਬਿਆਨ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਜੇਸਨ ਵਿਟਲੌਕ ਕੌਣ ਆ, KKK ਦਾ BLM ਦੇ ਨਾਲ ਕੀ ਸੰਬੰਧ ਆ, ਜਾਂ ਇਹਨਾਂ ਦੇ ਅਰਥ ਕੀ ਆ, ਮਾਇਨੇ ਕੀ ਆ। ਜੇਸਨ ਵਿਟਲੌਕ 53 ਸਾਲਾ ਅਮਰੀਕਨ ਸਪੋਰਟਸ ਜਰਨਲਿਸਟ ਆ, ਕਾਫੀ ਮਸ਼ਹੂਰ ਆ। ਪਹਿਲਾਂ ਤਾਂ ਕੈਂਸਰ ਸਟਾਰ ਸਿਟੀ ਲਈ ਕੰਮ ਕਰਦਾ ਸੀ, ਫਿਰ ਇਹਨੇ ESPN ਲਈ ਕਾਲਮ ਲਿਖਣੇ ਸ਼ੁਰੂ ਕੀਤੇ। ESPN ਛੱਡ ਕੇ ਇਹਨੇ KOL ਸਪੋਰਟਸ ਵਿੱਚ ਚਲਾ ਗਿਆ, ਫਿਰ ਫੋਕਸ ਸਪੋਰਟਸ ਵਿੱਚ ਕੰਮ ਕਰਦਾ ਰਿਹਾ। ਅੱਜ ਨੇ ਜਿਹੜਾ ਬਿਆਨ ਦਿੱਤਾ ਉਹਨੂੰ ਸਮਝਣ ਲਈ BLM KKK ਦੇ ਪਿਛੋਕੜ ਨੂੰ ਸਮਝਣਾ ਜ਼ਰੂਰੀ ਹੈ। ਸਮਾਜ ਵਿੱਚ ਕਈ ਤਰ੍ਹਾਂ ਦੀਆਂ ਵੰਡੀਆਂ ਪਈਆਂ ਹੁੰਦੀਆਂ ਔਰ ਇਹ ਹਰ ਇੱਕ ਸਮਾਜ ਦੇ ਵਿੱਚ ਹੀ ਹੈ। ਕਿਸੇ ਸਮਾਜ ਦੇ ਵਿੱਚ ਇਹ ਵੰਡੀਆਂ ਜਾਤ ਦੇ ਨਾਮ ਉੱਪਰ ਆ, ਕਿਸੇ ਸਮਾਜ ਦੇ ਵਿੱਚ ਇਹ ਵੰਡੀਆਂ ਧਰਮ ਦੇ ਨਾਮ ਉੱਪਰ ਆ, ਅਤੇ ਕਿਸੇ ਥਾਂ ਦੇ ਉੱਪਰ ਇਹ ਵੰਡੀਆਂ ਰੰਗ ਦੇ ਨਾਮ ਉੱਪਰ ਆ। BLM ਅਤੇ KKK ਰੰਗ ਦੇ ਆਧਾਰ ਉੱਪਰ ਬਣੀਆਂ ਦੋ ਲਹਿਰਾਂ ਜਾਂ ਔਰਗਨਾਈਜੇਸ਼ਨਸ ਨੇ। ਗੋਰੇ ਰੰਗ ਦੇ ਲੋਕਾਂ ਦਾ ਬਾਕੀ ਰੰਗ ਦੇ ਲੋਕਾਂ ਉੱਪਰ ਲੰਬੇ ਸਮੇਂ ਤੋਂ ਦਬਦਬਾ ਰਿਹਾ ਅਤੇ ਅੱਜ ਵੀ ਹੈ। KKK ਦਾ ਪੂਰਾ ਨਾਮ ਕਲੂ ਕਲਕਸ ਕਲੈਨ ਆ। ਇਹਨਾਂ ਕਲੂ ਕਲਕਸ ਕਲੈਨ ਨਾਮ ਦੀ ਮੂਵਮੈਂਟ ਨੂੰ 3 ਹਿੱਸਿਆਂ 'ਚ ਵੰਡ ਕੇ ਹੁਣ ਤੱਕ ਦੇਖਿਆ ਜਾ ਸਕਦਾ, ਕਿਉਂਕਿ ਬਹੁਤ ਪੁਰਾਣੀ ਮੂਵਮੈਂਟ ਆ। ਪਹਿਲੀ ਲਹਿਰ 1865 ਦੇ ਵਿੱਚ ਸ਼ੁਰੂ ਹੋਈ ਸੀ, ਜਦੋਂ ਸਦਰਨ ਯੂਨਾਈਟਡ ਸਟੇਟਸ ਦੇ ਵਿੱਚ ਔਰਗੇਨਾਈਜ਼ ਹੋਈ। 1870 ਦੇ ਕਰੀਬ ਇਹਨੂੰ ਦਬਾ ਦਿੱਤਾ ਗਿਆ। ਦੂਜੀ ਕਲਾਨ 1915 ਦੇ ਵਿੱਚ ਜਾਰਜੀਆ ਦੇ ਵਿੱਚ ਸ਼ੁਰੂ ਹੋਈ। 1920 ਦੇ ਦੂਜੇ ਅੱਧ ਤੱਕ ਇਹ ਆਪਣੇ ਆਪ ਖਾਤਮੇ ਵੱਲ ਚਲੀ ਗਈ। ਤੀਜਾ ਯੁੱਗ 1950 ਤੋਂ ਨੇੜੇ ਤੇੜੇ ਸ਼ੁਰੂ ਹੁੰਦਾ ਅਤੇ ਜਿਹੜਾ ਹੁਣ ਤੱਕ ਵੱਖ ਵੱਖ ਰੂਪਾਂ ਵਿੱਚ ਸਾਹਮਣੇ ਆਉਂਦਾ। ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਇਹ ਸਮਝਦੇ ਆ ਕਿ ਉਹਨਾਂ ਦੀ ਚਮੜੀ ਦਾ ਰੰਗ ਚਿੱਟਾ ਹੋਣ ਕਾਰਨ ਪਰਮਾਤਮਾ ਨੇ ਉਹਨਾਂ ਸਾਰਿਆਂ ਨੂੰ ਵਧੀਆ ਬਣਾਇਆ ਅਤੇ ਸਾਰੇ ਅਧਿਕਾਰ ਵੀ ਉਹਨਾਂ ਦੇ ਕੋਲ ਹੀ ਆ। ਜਿਸ ਤਰ੍ਹਾਂ ਸਮਾਜ ਦੇ ਵਿੱਚ ਬਰਾਬਰਤਾ ਦੀ ਜਾਗਰਤੀ ਆਉਣ ਲੱਗੀ, ਸਿਆਹ ਰੰਗ ਦੇ ਲੋਕਾਂ ਨੂੰ ਅਧਿਕਾਰ ਮਿਲਣੇ ਸ਼ੁਰੂ ਹੋਏ, ਉਸੇ ਤਰ੍ਹਾਂ ਹੀ ਇਹਨਾਂ ਦੀ ਤਕਲੀਫ ਵੀ ਵਧੀ ਅਤੇ ਇਹਨਾਂ ਨੇ ਆਪਣੀ ਵਾਈਟ ਸੁਪਰਮਸੀ ਨੂੰ ਕਾਇਮ ਰੱਖਣ ਲਈ ਹਰ ਜਾਇਜ਼ ਨਜਾਇਜ਼ ਤਰੀਕਾ ਵਰਤਿਆ। ਕੈਨੇਡਾ ਵਿੱਚ ਸਾਡੇ ਬਜ਼ੁਰਗਾਂ ਨੇ ਨਸਲੀ ਵਿਤਕਰੇ ਦਾ ਸਾਹਮਣਾ ਕੀਤਾ, ਇਸ ਨਸਲੀ ਵਿਤਕਰੇ ਦਾ ਉਹ ਵੀ ਸ਼ਿਕਾਰ ਹੋਏ। ਇੱਥੇ ਵੀ KKK ਇੱਕ ਵੱਡੇ ਰੂਪ ਦੇ ਵਿੱਚ ਸੀਗੀ, ਅੱਜ ਵੀ ਹੈਗੀ ਆ। 4 ਕੁ ਸਾਲ ਪਹਿਲਾਂ ਮਿਸ਼ਨ ਅਤੇ ਐਬਸਪੋਰਟ ਵਿੱਚ ਵਸਦੇ ਪੰਜਾਬੀ ਘਰਾਂ ਅੱਗੇ KKK ਵੱਲੋਂ ਫਲਾਇਰ ਸੁੱਟੇ ਗਏ, ਜਿਸ ਵਿੱਚ ਉਹਨਾਂ ਨੇ ਇਹ ਲਿਖਿਆ ਕਿ ਸਾਡੀ ਚਮੜੀ ਦਾ ਰੰਗ ਚਿੱਟਾ ਆ ਅਤੇ ਸਾਨੂੰ ਇਹਦੇ ਉੱਤੇ ਮਾਣ ਆ। ਇਹਦੇ ਦੂਜੇ ਪਾਸੇ ਜਦੋਂ ਦੇਖਦੇ ਹਾਂ BLM, ਜਾਣੀ ਕਿ ਬਲੈਕ ਲਾਈਵਸ ਮੈਟਰ, ਉਹ 2013 ਦੇ ਵਿੱਚ ਟ੍ਰਾਈਵਨ ਮਾਰਟਿਨ ਦੀ ਫਲੋਰੀਡਾ ਵਿੱਚ ਹੋਈ ਹੱਤਿਆ ਤੋਂ ਬਾਅਦ ਹੋਣ ਦੇ ਵਿੱਚ ਆਈ ਅਤੇ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਫੈਲ ਗਈ। ਇਹਦਾ ਮਤਲਬ ਇਹ ਸੀ ਕਿ ਸਿਆਹ ਰੰਗ ਦੇ ਲੋਕਾਂ ਦੇ ਜੀਵਨ ਦੀ ਵੀ ਕੀਮਤ ਆ, ਭਾਵ ਇਹ ਦੱਬ ਚੁੱਕਿਆਂ ਦੀ ਲਹਿਰ ਆ। ਹੁਣੇ ਜਾਰਜ ਫਲੋਇਡ ਦੀ ਜਦੋਂ ਇੱਕ ਗੋਰੇ ਪੁਲਿਸ ਵਾਲੇ ਨੇ ਧੌਣ 'ਤੇ ਗੋਡਾ ਰੱਖ ਕੇ ਹੱਤਿਆ ਕਰ ਦਿੱਤੀ ਤਾਂ ਇਹ ਲਹਿਰ ਇੱਕ ਵਾਰ ਫਿਰ ਸਾਹਮਣੇ ਆਈ। ਸੋ ਮੋਟੇ ਤੌਰ 'ਤੇ ਦੇਖਿਆ ਜਾਵੇ ਤਾਂ ਦੋਵਾਂ ਧਿਰਾਂ ਨੇ ਇੱਕਦਮ ਇੱਕ ਦੂਜੇ ਦੇ ਉਲਟ ਖੜੀਆਂ ਨੇ। ਇੱਕ ਧਿਰ ਨੂੰ ਕਿਹਾ ਜਾ ਸਕਦਾ ਕਿ ਉਹ ਸੱਜੇ ਪਾਸੇ ਖੜੀ ਹੈ ਅਤੇ ਦੂਜੀ ਧਿਰ ਖੱਬੇ ਪਾਸੇ ਖੜੀ ਹੈ। ਇਸ ਬਾਰੇ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਕਿ ਇੱਕ ਧਿਰ ਉੱਪਰ ਜ਼ੁਲਮ ਹੋ ਰਿਹਾ ਜਾਂ ਉਹਨੂੰ ਲਤਾੜਿਆ ਜਾ ਰਿਹਾ ਅਤੇ ਦੂਜੀ ਧਿਰ ਇਸ ਦੇ ਵਿਰੋਧ ਵਿੱਚ ਉੱਠੀ ਹੈ। ਪਰ ਜੇਸਨ ਵਿਟਲੌਕ ਨੇ ਅੱਜ ਜਿਹੜੀ ਗੱਲ ਕਹੀ ਆ ਉਹਦੇ ਅਨੁਸਾਰ ਇਹ ਗੱਲ ਇੰਨੀ ਸਿੱਧੀ ਨਹੀਂ ਜਿੰਨੀ ਲੱਗਦੀ ਹੈ। ਉਹਦੇ ਅਨੁਸਾਰ ਭਾਵੇਂ ਕਿ ਦੋਵੇਂ ਧਿਰਾਂ ਵੱਖਰੀਆਂ ਨੇ ਪਰ ਇਹਨਾਂ ਦਾ ਕੰਮ ਇੱਕੋ ਹੀ ਆ, ਭਾਵ ਇਹ ਦੋਵੇਂ ਦੂਜੇ ਭਾਈਚਾਰੇ ਨੂੰ ਬੁਲੀ ਕਰਦੀਆਂ ਆ। ਇਸ ਤਰ੍ਹਾਂ ਨਹੀਂ ਕਿ ਇੱਕ ਜ਼ੁਲਮ ਕਰ ਰਹੀ ਹੈ ਅਤੇ ਦੂਜੀ ਬਚਾਅ ਕਰ ਰਹੀ ਹੈ। ਜੇਸਨ ਵਿਟਲੌਕ ਅਨੁਸਾਰ ਬਲੈਕ ਲਾਈਵਸ ਮੈਟਰ ਇਸ ਧਿਰ ਦੇ ਕੱਟੜਪੰਥੀਆਂ ਨੂੰ ਬਚਾਉਣ ਦਾ ਕੰਮ ਕਰਦੀ ਹੈ ਅਤੇ ਸਿੱਧੇ ਤੌਰ 'ਤੇ ਅਮਰੀਕਾ ਵਿੱਚ ਡੈਮੋਕ੍ਰੈਟਸ ਦੀ ਰਾਜਨੀਤਿਕ ਮਦਦ ਕਰਦੀ ਹੈ। ਬਲੈਕ ਲਾਈਵਸ ਮੈਟਰ ਬਾਰੇ ਲਹਿਰ ਬਾਰੇ ਉਹਦਾ ਬਿਆਨ ਇਸ ਕਰਕੇ ਵੀ ਮਹੱਤਵਪੂਰਨ ਆ ਕਿਉਂਕਿ ਆਪ ਇਸੇ ਭਾਈਚਾਰੇ ਨਾਲ ਸੰਬੰਧਿਤ ਹੈ। ਉੱਧਰ ਉਠਾਏ ਗਏ ਸਵਾਲਾਂ ਨਾਲ ਸਹਿਮਤ ਜਾਂ ਅਸਹਿਮਤ ਹੋਇਆ ਜਾ ਸਕਦਾ, ਪਰ ਇਹ ਗੱਲ ਸੱਚਮੁੱਚ ਸੋਚਣ ਵਾਲੀ ਹੈ ਕਿ ਅਮਰੀਕਾ ਵਿੱਚ ਚੋਣਾਂ ਤੋਂ ਪਹਿਲਾਂ ਹੀ ਇਹ ਮੁੱਦਾ ਕਿਉਂ ਗਰਮਾਇਆ, ਕਿਉਂ ਸਾਰੇ ਇੱਕ ਪਾਸੇ ਭਾਈਚਾਰੇ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਜਿਹਦਾ ਜੋ ਬਾਈਡਨ ਨੂੰ ਸਿੱਧਾ ਫਾਇਦਾ ਹੋਇਆ। ਜੇਸਨ ਵਿਟਲੌਕ ਨੇ ਇਹ ਵੀ ਕਿਹਾ ਕਿ ਇਹ ਮਹਿਜ਼ ਇਤਫਾਕ ਨਹੀਂ ਸੀ ਕਿ ਅਮਰੀਕਾ ਦੀਆਂ ਵੋਟਾਂ ਤੋਂ ਪਹਿਲਾਂ ਖਾਸ ਰੰਗ ਦੇ ਲੋਕਾਂ ਦੇ ਹੱਕਾਂ ਲਈ ਪ੍ਰਦਰਸ਼ਨ ਹੁੰਦੇ ਆ ਅਤੇ ਵੋਟਾਂ ਲੰਘਣ ਤੋਂ ਬਾਅਦ ਇਹ ਮੁਜ਼ਾਹਰੇ ਇੱਕਦਮ ਬੰਦ ਹੋ ਜਾਂਦੇ ਆ। ਬਹੁਤੇ ਵਿਦਵਾਨ ਵਿਟਲੌਕ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਆ, ਪਰ ਇਹ ਵੀ ਇੱਕ ਤੱਤ ਆ ਕਿ ਰਾਜਨੀਤਿਕ ਲੀਡਰ ਆਪਣੇ ਫਾਇਦੇ ਲਈ ਲੋਕਾਂ ਦੀਆਂ ਭਾਵਨਾ ਨਾਲ ਖੇਡ ਵੀ ਜਾਂਦੇ ਆ ਅਤੇ ਲੋਕਾਂ ਨੂੰ ਲੱਗ ਰਿਹਾ ਹੁੰਦਾ ਕਿ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਆ, ਪਰ ਦਰਅਸਲ ਉਹਨਾਂ ਨੂੰ ਵੋਟਾਂ ਸਮਝ ਕੇ ਵਰਤਿਆ ਜਾ ਰਿਹਾ ਹੁੰਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।